ਪੰਜਾਬ ਦੇ ਫਾਈਨੈਂਸ ਮਿਨਿਸਟਰ ਸਾਹਿਬ ਨੇ ਬਜਟ ਪੇਸ਼ ਕੀਤਾ। ਇਹ ਬਜਟ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਬਹੁਤ ਘੱਟ ਹੈ ਤੇ ਲੁਕੋਇਆ ਉਦੋਂ ਵੱਧ ਹੈ। ਤੁਸੀਂ ਇਸ ਬਜਟ ਦੇ ਵਿੱਚ ਸਰਕਾਰੀ ਅੰਕੜੇ ਦਿੱਤੇ ਹੈ ਕਿ ਜਿਹੜਾ ਕਰਜ਼ਾ ਤੁਹਾਡੇ ਪਹਿਲੇ ਸਾਲ 31,000 ਸੀ ਉਹ ਦੂਸਰੇ ਸਾਲ 36,000 ਹੋ ਗਿਆ, ਹੁਣ ਉਹ ਕਰਜ਼ਾ 24-25 ਦੇ ਵਿੱਚ ਯਾਨੀ ਜਿਹੜੇ ਇਸ ਸਾਲ ਦੇ ਵਿੱਚ ਉਹ 38,000 ਕਰੋੜ ਤੋਂ ਉੱਤੇ ਹੋ ਗਏ। ਇਹਦਾ ਮਤਲਬ ਜਿਹੜਾ ਤੁਸੀਂ ਇਹ ਐਸਟੀਮੇਟ ਦਿੱਤਾ ਹੈ ਕਿ ਕਰਜ਼ਾ ਵਧੇਗਾ, ਇਹ 40,000 ਕਰੋੜ ਦੇ ਲਾਗੇ ਤਾਗੇ ਜਾਊਗਾ ਜਿਸ ਤਰ੍ਹਾਂ ਦੀ ਤੁਹਾਡੇ ਹਿਸਾਬ ਕਿਤਾਬ ਨੇ। ਅਗਲੀ ਚੀਜ਼ ਤੁਸੀਂ ਦੱਸੀ ਹੈ ਫਿਸਕਲ ਡੈਫੀਸਿਟ। ਮੈਂ ਕੱਲ੍ਹ ਵੀ ਪੰਜਾਬੀਆਂ ਨੂੰ ਸਮਝਾਇਆ ਸੀ ਕਿ ਜੇ ਮੇਰੀ ਆਮਦਨ ਇੰਨੀ ਹੈ ਔਰ ਖਰਚਾ ਇੰਨਾ ਵੱਧਦਾ ਅਤੇ ਉਹ ਜਿੰਨਾ ਵੱਧਦਾ ਉਹ ਫਿਸਕਲ ਡੈਫੀਸਿਟ ਹੁੰਦਾ। ਤੁਸੀਂ ਪਿਛਲੀ ਵਾਰ ਦਾ ਫਿਸਕਲ ਡੈਫੀਸਿਟ ਤੁਹਾਡਾ 26,000 ਕਰੋੜ ਰੁਪਈਆ, ਮਤਲਬ ਤੁਹਾਡੀ ਆਮਦਨ ਤੋਂ 26,000 ਕਰੋੜ ਰੁਪਈਏ ਖਰਚੇ ਵੱਧ ਸੀ ਅਤੇ ਤੁਸੀਂ ਇਸ ਸਾਲ ਦੇ ਦੱਸ ਰਹੇ ਹੋ 30,000 ਕਰੋੜ ਰੁਪਈਏ ਖਰਚੇ ਵੱਧ ਹੋਣਗੇ। ਯਾਨੀ ਤੁਸੀਂ ਇਸ ਗੱਲ ਦਾ ਪੂਰੀ ਤਰ੍ਹਾਂ ਇਸਤਕਬਾਲ ਕਰ ਰਹੇ ਹੋ ਕਿ ਸਰਕਾਰ ਕਰਜ਼ਿਆਂ ਦੇ ਉੱਤੇ ਚੱਲੇ, ਸਮਝ ਨਹੀਂ। ਨੰਬਰ 3 ਜਿਹੜੀ ਸਭ ਤੋਂ ਵੱਡੀ ਚੀਜ਼ ਹੈ, ਤੁਸੀਂ ਇਸ ਗੱਲ ਦਾ ਵੀ ਇਸਤਕਬਾਲ ਕੀਤਾ ਕਿ ਜਿਹੜਾ ਡੈਟ ਸਰਵਿਸਿੰਗ ਹੈ ਤੇ ਅਸੀਂ ਕਰਜ਼ਿਆਂ ਦੇ ਉੱਤੇ ਸੂਰ ਮਲਾਮ ਲੂ ਕੇ ਮੋੜਨਾ, ਸਾਡੀ ਦੇਣਦਾਰੀ ਹੈ, ਉਹ ਵੀ 2,000 ਕਰੋੜ ਰੁਪਈਏ ਵਧੂਗਾ। ਪਹਿਲਾਂ 35 ਹੁੰਦਾ ਸੀ, ਹੁਣ 37,000 ਤੋਂ ਉੱਤੇ ਕਰੋੜ ਹੋਊਗਾ। ਮਤਲਬ ਹਰੇਕ ਚੀਜ਼ ਦੇ ਵਿੱਚ ਇਹ ਮੰਨਿਆ ਗਿਆ ਸਰਕਾਰ ਵੱਲੋਂ ਕਿ ਭਾਈ ਸਰਕਾਰ ਜਿਹੜੀ ਹੈ ਉਹ ਕਰਜ਼ਿਆਂ 'ਤੇ ਚੱਲ ਰਹੀ ਹੈ ਅਤੇ ਕਰਜ਼ਾ ਮੋੜਨ ਵਾਸਤੇ ਕਰਜ਼ੇ ਲੈ ਰਹੀ ਹੈ। ਐਗਰੀਕਲਚਰ ਦਾ ਬਜਟ ਵੀ ਉੱਥੇ ਹੀ ਖੜਾ ਹੈ ਹਾਰਟੀਕਲਚਰ ਵਾਸਤੇ, ਜਿਵੇਂ ਕੈਪਟਨ 100-200 ਵੱਧ ਘੱਟ ਘੱਟ ਕਰ ਦਿੰਦਾ ਹੁੰਦਾ ਸੀ, ਉਹਨਾਂ ਹੀ ਖੜਾ 13,000 ਕਰੋੜ, ਸਮਝ ਨਹੀਂ। ਕੋਈ ਚੀਜ਼ ਉਹ ਲਿਪਾ ਪੋਚੀ ਜੀ ਉਹ ਹੈ, ਸਮਝ ਨਹੀਂ। ਲੇਕਿਨ ਸਭ ਤੋਂ ਵੱਡਾ ਸਵਾਲ ਫਾਈਨੈਂਸ ਮਿਨਿਸਟਰ ਸਾਹਿਬ ਭਗਵੰਤ ਮਾਨ ਜੀ, ਮੈਂ ਤੁਹਾਨੂੰ ਪੁੱਛਦਾ ਹਾਂ ਕਿ ਇਹ ਲੇਖਾ ਜੋਖਾ ਜਿਹੜਾ ਤੁਸੀਂ ਦਿੱਤਾ ਹੈ ਬਜਟ ਲੇਖਾ ਜੋਖਾ ਹੀ ਹੁੰਦਾ ਨਾ, ਤੁਸੀਂ ਦੱਸਦੇ ਖਰਚੇ ਇੰਨੇ, ਖਰਚੇ ਇੰਨੇ, ਖਰਚੇ ਇੰਨੇ, ਉਹ ਭਾਈ ਇਹ ਤਾਂ ਦੱਸੋ ਆਮਦਨ ਕਿੱਥੋਂ, ਇਹਦਾ ਤੁਹਾਡੇ ਕੋਲ ਕੋਈ ਜਵਾਬ ਨਹੀਂ। ਆਮਦਨ ਕਿੱਥੋਂ ਆਉਣੀ ਹੈ ਤਾਂ ਹੀ ਪੋਲਿਸੀ ਬਣਾਉਣਾ, ਪੋਲਿਸੀ ਦੀ ਤਾਂ ਗੱਲ ਹੀ ਨਹੀਂ ਕਰਦੇ ਤੁਸੀਂ। ਤੇ ਜੇ ਪੋਲਿਸੀ ਬਣਾਉਂਦੇ ਤੇ ਪੋਲਿਸੀ ਬਿਨਾਂ ਬਜਟਰੀ ਐਲੋਕੇਸ਼ਨ ਦੇ ਨਹੀਂ ਬਣਦੀ, ਤੁਸੀਂ ਕਿਸੇ ਪੋਲਿਸੀ ਦੀ ਬਜਟਰੀ ਐਲੋਕੇਸ਼ਨ ਦਿੱਤੀ, ਤੁਹਾਡੇ ਕੋਲ ਕੋਈ ਬਜਟ ਦੀ ਐਲੋਕੇਸ਼ਨ ਹੈ ਨਹੀਂ, ਤੁਹਾਡੇ ਕੋਲ ਪੈਸੇ ਹੈ ਨਹੀਂ। ਇਸ ਕਰਕੇ ਮੈਂ ਕਹਿੰਦਾ ਕਿ ਪ੍ਰੋਬਲਮਾਂ ਹੀ ਪ੍ਰੋਬਲਮਾਂ ਦੱਸਦੇ ਰਹਿੰਦੇ ਹੋ, ਹੱਲ ਵੀ ਤਾਂ ਦੱਸੋ। ਹੱਲ ਇਸ ਕਰਕੇ ਨਹੀਂ ਕਿ ਜਿਹੜੀ ਪਲੈਨਿੰਗ ਕਮਿਸ਼ਨ ਦੀ ਚਿੱਠੀ ਲੱਗੀ ਹੋਈ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਗੁੱਡ ਇਕਨੋਮਿਕਸ, ਗੁੱਡ ਮੈਨੇਜਮੈਂਟ, ਇਕਨੋਮਿਕ ਪੋਲਿਸੀ, ਜਿਹੜਾ ਵਿੱਤੀ ਸੰਕਟ, ਇਹਦਾ ਤੁਸੀਂ ਇਸਤਕਬਾਲ ਕਰ ਲਿਆ। ਯੂ ਹੈਵ ਤੁਸੀਂ ਸਾਰੀ ਦੁਨੀਆਂ ਨੂੰ ਇਹ ਦੱਸਤਾ ਕਿ ਪੰਜਾਬ ਇੱਕ ਪ੍ਰਕੇਰੀਅਸ ਸਿਚੁਏਸ਼ਨ 'ਚ, ਇੱਕ ਬੜੀ ਖਤਰਨਾਕ ਸਿਚੁਏਸ਼ਨ 'ਚ ਹੈ ਫਾਈਨੈਂਸ਼ੀਅਲ ਐਮਰਜੈਂਸੀ, ਪਰ ਤੁਸੀਂ ਇਹ ਨਹੀਂ ਦੱਸਿਆ ਕਿ ਕੱਢਣਾ ਕਿਵੇਂ। CM ਸਾਹਿਬ ਜਿਹੜਾ ਮਾਫੀਆ ਚਲਾਉਂਦੇ ਹੋ ਨਾ, ਇਹਨੂੰ ਬੰਦ ਕਰਨ ਦਾ ਕੋਈ ਪ੍ਰਾਵਧਾਨ ਕਰੋ। 5-10,000 ਕਰੋੜ ਰੁਪਈਏ ਰੇਤੇ 'ਚੋਂ ਨਿਕਲੂਗਾ, ਤੁਹਾਡਾ ਸੁਪਰੀਮੋ ਕਹਿ ਗਿਆ ਸੀ ਮੁਕਰ ਗਿਆ, ਠੀਕ ਹੈ। ਘੱਟ ਤੋਂ ਘੱਟ ਨਹੀਂ 30-40,000 ਕਰੋੜ ਰੁਪਈਆ ਸ਼ਰਾਬ 'ਚੋਂ ਨਿਕਲੂਗਾ, ਜਿਹੜੇ ਤੁਸੀਂ ਲਾਇਸੈਂਸ ਦਿੱਤੇ ਆ ਮਿੱਤਰਾ, ਜਿੱਥੋਂ ਕੱਲ੍ਹ ਪੀਂਦੇ ਹੋ। 13,000 ਕਰੋੜ ਦੇ ਤਾਂ L1 ਦੇ ਹੀ ਅਤੇ ਠੇਕੇਦਾਰਾਂ ਦੇ ਥੱਲੇ ਦਬੇ ਹੋਏ ਹੋ।
ਠੀਕ ਹੈ, ਅਤੇ ਜਿਹਦੀ ਮਨੋਪਲੀ ਬਣਾਈ ਹੈ ਕੇਬਲ 'ਚ ਜ਼ਮੀਨਾਂ ਹੋਰ ਲੱਲਾ ਪਾਪਾ, ਬੜੇ ਆਰਾਮ ਨਾਲ ਤੁਸੀਂ ਇਹ ਦਮਗਰੀ ਮਾਰ ਦਿੰਦੇ ਸੀ। ਠੀਕ ਹੈ, ਇਹ ਬਜਟ ਪੰਜਾਬ ਨੂੰ ਕਿਤੇ ਅੱਗੇ ਨਹੀਂ ਲਿਜਾ ਰਿਹਾ, ਪੰਜਾਬ ਨੂੰ ਪਿੱਛੇ ਕਰ ਰਿਹਾ। ਤੁਹਾਡਾ ਤਾਂ ਉਹ ਹਾਲ ਹੋ ਗਿਆ ਸੀ ਐਮ ਸਾਹਿਬ, ਟੂ ਸਟੈਪਸ ਫੋਰਵਰਡ ਵਨ ਸਟੈਪ ਬੈਕਵਰਡ, ਵਨ ਸਟੈਪ ਫੋਰਵਰਡ ਥ੍ਰੀ ਸਟੈਪਸ ਬੈਕਵਰਡ, ਸਿਚੁਏਸ਼ਨ ਆਊਟਵਰਡ। ਜਾਗੋ ਪੰਜਾਬੀਓ, ਕ੍ਰਾਂਤੀ ਤੇ ਹੋਣਾ, ਭਾਗ ਭਗਵੰਤ ਮਾਨ ਸਾਹਿਬ, ਭਾਗ ਕਿ ਜਨਤਾ ਆਤੀ ਹੈ ਸਿੰਘਾਸਨ ਖਾਲੀ ਕਰ ਖਟਾਈ।